ਤਾਫਰਪੇ ਦੇ ਵਿੱਚ ਖਾਣਾ ਦੇ ਰਹੇ ਹੈਗੇ ਕਿ ਕੀ ਹੈਗਾ ਖਾਣੇ ਦੇ ਵਿੱਚ? ਰੋਟੀ ਜਿੰਨੀ ਮਰਜ਼ੀ ਲੈ ਲਓ, ਪੇਟ ਭਰ ਖਾਣਾ ਹੈਗਾ। ਇੰਨੀ ਮਹਿੰਗਾਈ ਦੇ ਵਿੱਚ ਵੀ 10 ਰੁਪਏ ਦੇ ਵਿੱਚ ਜਿਹੜੀ ਥਾਲੀ ਮਿਲ ਰਹੀ ਹੈਗੀ ਹੈ, ਕੀ ਕਹਿੰਦੇ ਇਹਦੇ ਬਾਰੇ ਤੁਸੀਂ? ਮੇਰਾ ਨਾਮ ਓਮ ਪ੍ਰਕਾਸ਼ ਮਲੋਦੀਆ ਜੀ। ਸਰ ਜੀ, ਜਿਹੜਾ ਇਹ ਸੇਵਾ ਭਾਰਤੀ ਵੱਲੋਂ ਲੰਗਰ ਚਲਾਇਆ, ਇਹਦੇ ਬਾਰੇ ਜਾਣਕਾਰੀ ਦਿਓ ਜੀ। ਅਸੀਂ ਗਰੀਬਾਂ ਵਾਸਤੇ ਰੱਖਿਆ ਹੋਇਆ, ਨੀਡੀ ਪਰਸਨ ਜਿਹਨਾਂ ਦੇ ਘਰ ਕੋਈ ਨਹੀਂ ਹੈਗਾ, ਜਾਂ ਹੋਸਪਿਟਲ ਜਿਹੜੇ ਆਉਂਦੇ ਨੇ ਉਹ ਰੋਜ਼ ਇੱਥੇ ਰੋਟੀ ਖਾ ਕੇ ਜਾਂਦੇ ਨੇ। 10 ਰੁਪਏ ਦੀ ਥਾਲੀ ਦਿੰਦੇ ਆ, ਉਹਦੇ ਪੇਟ ਭਰ ਖਾਣਾ ਦਿੰਦੇ ਆ। ਰੋਟੀਆਂ ਹੁੰਦੀਆਂ ਨੇ, ਚਾਵਲ ਹੁੰਦੇ, ਸਬਜ਼ੀ ਹੁੰਦੀ ਹੈ, ਨਾਲ ਮਿੱਠਾ ਵੀ ਹੁੰਦਾ। ਕਿੰਨੇ ਕੁ ਲੋਕ ਰੋਟੀ ਰੋਡ ਲਗਭਗ 300 ਬੰਦਾ ਡੇਲੀ ਰੋਟੀ ਖਾ ਕੇ ਜਾਂਦਾ। ਕਿੰਨੀ ਦੇਰ ਤੋਂ ਸੇਵਾ ਚੱਲ ਰਹੀ ਹੈ ਸਰ? ਸਰ 11 ਜਨਵਰੀ 2021 ਤੋਂ ਸ਼ੁਰੂ ਕੀਤਾ ਸੀ। ਕਿੰਨੇ ਸਾਲ ਹੋ ਗਏ ਸਰ? ਲਗਭਗ 3.5 ਸਾਲ ਹੋ ਗਏ। ਹੋਰ ਜਿਹੜੇ ਸਮਾਜ ਸੇਵੀ ਸੰਸਥਾ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਅਸੀਂ ਉਹਨਾਂ ਨੂੰ ਵੀ ਕਹਿੰਦੇ ਕਿ ਵੱਧ ਚੜ੍ਹ ਕੇ ਹਿੱਸਾ ਲਓ, ਆਪਣੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਸਾਰਾ ਕੰਮ। ਦੋ ਪਲੇਟਾਂ ਦਾ ਨਾਮ ਵਿਜੇ ਕੁਮਾਰ ਹੈ, ਮੈਂ ਸੇਵਾ ਭਾਰਤੀ ਕੇ ਮਹਾਂ ਮੰਤਰੀ ਕੀ ਜ਼ਿੰਮੇਵਾਰੀ ਪਰ। ਸਰ ਜੀ, ਜਿਹੜੀ ਇਹ ਤੁਸੀਂ ਲੰਗਰ ਚਲਾਇਆ ਹੈਗਾ 10 ਰੁਪਏ ਥਾਲੀ, ਇਹਦੇ ਬਾਰੇ ਜਾਣਕਾਰੀ ਦਿਓ। ਸਾਰੇ ਨਾ ਜੋ ਸੇਵਾ ਭਾਰਤੀ ਕੇ ਸੇਵਾਦਾਰ ਹੈ ਕਿ ਮਨ ਮੇਂ ਵਿਚਾਰ ਆਇਆ, ਜੋ ਰੇਲਵੇ ਹੋਸਪਿਟਲ ਕੇ ਅੰਦਰ ਮਰੀਜ਼ ਹੋਤੇ ਹੈ, ਉਨਕੇ ਜੋ ਪਰਿਵਾਰ ਆਤਾ ਹੈ ਵੋ ਕਾਫੀ ਦੁਖੀ ਹੋਤਾ ਹੈ। ਭਾਈ ਇੱਕ ਤਾਂ ਮਰੀਜ਼ ਅੰਦਰ ਹੈ, ਫਿਰ ਖਾਣੇ ਕੇ ਲੀਏ ਇਧਰ ਉਧਰ ਭਟਕਤਾ ਰਹਿਤਾ ਹੈ, ਤੋ ਉਸੀ ਕੋ ਸੋਚਤੇ ਹੋਏ ਸੇਵਾ ਭਾਰਤੀ ਨੇ ਇਹ ਫਿਰ ਉਪਰਾਲਾ ਚਲਾਇਆ, ਜਿਸ ਮੇਂ 10 ਰੁਪਏ ਥਾਲੀ ਜੋ ਚਲਦੀ ਹੈ, 3.5 ਸਾਲ ਹੋ ਗਏ ਲਗਭਗ। ਔਰ ਇਸ ਮੇਂ ਚਾਵਲ ਹੈ, ਰੋਟੀ ਹੈ, ਦਾਲ ਹੈ, ਇੱਕ ਮਿੱਠਾ ਵੀ ਹੋਤਾ ਹੈ, ਔਰ ਤਕਰੀਬਨ 80% ਜੋ 60% ਜੋ ਹੋਸਪਿਟਲ ਵਾਲੇ ਹੀ ਯਹਾਂ ਪਰ ਆਤੇ ਹੈ, ਜਾਂ ਜੋ ਰੇਲਵੇ ਹੈ ਰਿਕਸ਼ਾ ਵਾਲੇ ਹੈ, ਰਿਕਸ਼ਾ ਪੋਲਰ ਹੈ, ਇਹ ਯਹਾਂ ਪਰ ਆਤੇ ਹੈ। ਕਿਤਨੇ ਆਦਮੀ ਰੋਜ਼ ਖਾਣਾ ਖਾ ਜਾਂਦੇ ਹੈ? 300 ਕੇ ਆਸ ਪਾਸ ਜੋ ਹੈ ਡੇਲੀ ਖਾਣਾ ਖਾਂਦੇ ਹੈ। ਅੱਛਾ, ਇਹ 10 ਰੁਪਏ ਦੇ ਵਿੱਚ ਖਾਣਾ ਦੇ ਰਹੇ ਹੈਗੇ ਕਿ ਕੀ ਹੈਗਾ ਖਾਣੇ ਦੇ ਵਿੱਚ? ਰੋਟੀ ਜਿੰਨੀ ਮਰਜ਼ੀ ਲੈ ਲਓ, ਪੇਟ ਭਰ ਖਾਣਾ ਹੈਗਾ। ਇੰਨੀ ਮਹਿੰਗਾਈ ਦੇ ਵਿੱਚ ਵੀ 10 ਰੁਪਏ ਦੇ ਵਿੱਚ ਜਿਹੜੀ ਥਾਲੀ ਮਿਲ ਰਹੀ ਹੈਗੀ ਹੈ, ਕੀ ਕਹਿੰਦੇ ਇਹਦੇ ਬਾਰੇ ਤੁਸੀਂ? ਮੇਰਾ ਨਾਮ ਓਮ ਪ੍ਰਕਾਸ਼ ਮਲੋਦੀਆ ਜੀ। ਸਰ ਜੀ, ਜਿਹੜਾ ਇਹ ਸੇਵਾ ਭਾਰਤੀ ਵੱਲੋਂ ਲੰਗਰ ਚਲਾਇਆ, ਇਹਦੇ ਬਾਰੇ ਜਾਣਕਾਰੀ ਦਿਓ ਜੀ। ਅਸੀਂ ਗਰੀਬਾਂ ਵਾਸਤੇ ਰੱਖਿਆ ਹੋਇਆ, 90% ਜਿਹਨਾਂ ਦੇ ਘਰ ਕੋਈ ਨਹੀਂ ਹੈਗਾ, ਜਾਂ ਹੋਸਪਿਟਲ ਜਿਹੜੇ ਆਉਂਦੇ ਨੇ ਉਹ ਰੋਜ਼ ਇੱਥੇ ਰੋਟੀ ਖਾ ਕੇ ਜਾਂਦੇ ਨੇ। 10 ਰੁਪਏ ਦੀ ਥਾਲੀ ਦਿੰਦੇ ਆ, ਉਹਦੇ ਪੇਟ ਭਰ ਖਾਣਾ ਦਿੰਦੇ ਆ। ਰੋਟੀਆਂ ਹੁੰਦੀਆਂ ਨੇ, ਚਾਵਲ ਹੁੰਦੇ, ਸਬਜ਼ੀ ਹੁੰਦੀ ਹੈ, ਨਾਲ ਮਿੱਠਾ ਵੀ ਹੁੰਦਾ। ਕਿੰਨੇ ਕੁ ਲੋਕ ਰੋਡ ਲਗਭਗ 300 ਬੰਦਾ ਡੇਲੀ ਰੋਟੀ ਖਾ ਕੇ ਜਾਂਦਾ। ਕਿੰਨੀ ਦੇਰ ਤੋਂ ਸੇਵਾ ਚੱਲ ਰਹੀ ਹੈ ਸਰ? ਸਰ 11 ਜਨਵਰੀ 2021 ਤੋਂ ਸ਼ੁਰੂ ਕੀਤਾ ਸੀ। ਕਿੰਨੇ ਸਾਲ ਹੋ ਗਏ ਸਰ? ਲਗਭਗ 3.5 ਸਾਲ ਹੋ ਗਏ। ਹੋਰ ਜਿਹੜੇ ਸਮਾਜ ਸੇਵੀ ਸੰਸਥਾ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਅਸੀਂ ਉਹਨਾਂ ਨੂੰ ਵੀ ਕਹਿੰਦੇ ਕਿ ਵੱਧ ਚੜ੍ਹ ਕੇ ਹਿੱਸਾ ਲਓ, ਆਪਣੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਸਾਰਾ ਕੰਮ। ਦੋ ਪਲੇਟਾਂ ਦਾ ਨਾਮ ਵਿਜੇ ਕੁਮਾਰ ਹੈ, ਮੈਂ ਸੇਵਾ ਭਾਰਤੀ ਕੇ ਮਹਾਂ ਮੰਤਰੀ ਕੀ ਜ਼ਿੰਮੇਵਾਰੀ ਪਰ। ਸਰ ਜੀ, ਜਿਹੜੀ ਇਹ ਤੁਸੀਂ ਲੰਗਰ ਚਲਾਇਆ ਹੈਗਾ 10 ਰੁਪਏ ਥਾਲੀ, ਇਹਦੇ ਬਾਰੇ ਜਾਣਕਾਰੀ ਦਿਓ। ਸਾਰੇ ਨਾ ਜੋ ਸੇਵਾ ਭਾਰਤੀ ਕੇ ਸੇਵਾਦਾਰ ਹੈ ਕਿ ਮਨ ਮੇਂ ਵਿਚਾਰ ਆਇਆ, ਜੋ ਰੇਲਵੇ ਹੋਸਪਿਟਲ ਕੇ ਅੰਦਰ ਮਰੀਜ਼ ਹੋਤੇ ਹੈ, ਉਨਕੇ ਜੋ ਪਰਿਵਾਰ ਆਤਾ ਹੈ ਵੋ ਕਾਫੀ ਦੁਖੀ ਹੋਤਾ ਹੈ। ਭਾਈ ਇੱਕ ਤਾਂ ਮਰੀਜ਼ ਅੰਦਰ ਹੈ, ਫਿਰ ਖਾਣੇ ਕੇ ਲੀਏ ਇਧਰ ਉਧਰ ਭਟਕਤਾ ਰਹਿਤਾ ਹੈ, ਤੋ ਉਸੀ ਕੋ ਸੋਚਤੇ ਹੋਏ ਸੇਵਾ ਭਾਰਤੀ ਨੇ ਇਹ ਫਿਰ ਉਪਰਾਲਾ ਚਲਾਇਆ, ਜਿਸ ਮੇਂ 10 ਰੁਪਏ ਥਾਲੀ ਜੋ ਚਲਦੀ ਹੈ, 3.5 ਸਾਲ ਹੋ ਗਏ ਲਗਭਗ। ਔਰ ਇਸ ਮੇਂ ਚਾਵਲ ਹੈ, ਰੋਟੀ ਹੈ, ਦਾਲ ਹੈ, ਇੱਕ ਮਿੱਠਾ ਵੀ ਹੋਤਾ ਹੈ, ਔਰ ਤਕਰੀਬਨ 80% ਜੋ 60% ਜੋ ਹੋਸਪਿਟਲ ਵਾਲੇ ਹੀ ਯਹਾਂ ਪਰ ਆਤੇ ਹੈ, ਜਾਂ ਜੋ ਰੇਲਵੇ ਹੈ ਰਿਕਸ਼ਾ ਵਾਲੇ ਹੈ, ਰਿਕਸ਼ਾ ਪੋਲਰ ਹੈ, ਇਹ ਯਹਾਂ ਪਰ ਆਤੇ ਹੈ। ਕਿਤਨੇ ਆਦਮੀ ਰੋਜ਼ ਖਾਣਾ ਖਾ ਜਾਂਦੇ ਹੈ? 300 ਕੇ ਆਸ ਪਾਸ ਜੋ ਹੈ ਡੇਲੀ ਖਾਣਾ ਖਾਂਦੇ ਹੈ। ਅੱਛਾ।